ਇਹ ਕਹਿੰਦੇ ਨੇ ਪਏ ਇਲ ਕੰਦੂਚੈਂਟੇ ਦੇਵੇ ਸਾਪੇਰ ਡਰਾਈਵਰ ਨੂੰ ਲਾਜ਼ਮੀ ਜਾਣਾ ਹੈ ਕਿ ਇਨਸਟੈਬਿਲਿਟੀ ਦਿਲ ਮਾਰਚੀਆ ਦਿਲ ਵਿਕੋਲੀ ਪੋ ਡਿਪੈਂਡ ਦੇ ਰਹੇ ਅਨਸਟੈਬਲ ਹੋਣਾ ਮਾਰਚੀਆ ਜਿਹੜਾ ਗੱਡੀ ਦਾ ਵੈ ਇਹ ਡਿਪੈਂਡ ਕਰ ਸਕਦਾ ਹੈ ਦਿਲ ਸਿਸਟਮ ਦੀ ਰੈਗੂਲੇਸ਼ਨ ਦਿਲ ਸਸਪੈਂਸ਼ਨ ਭਾਵੇਂ ਮਾਰਚੀ ਮਲ ਫੰਕਸ਼ਨਮੈਂਟ ਹੈ ਕਹਿੰਦੇ ਜਿਹੜਾ ਸਿਸਟਮ ਜਿਹੜਾ ਰੈਗੂਲੇਸ਼ਨ ਦਾ ਸਸਪੈਂਸ਼ਨ ਹੋਏ ਸ਼ੋਕਰ ਜਿਹੜੇ ਸ਼ੋਕਰਾਂ ਸਪਰਿੰਗ ਜਿਹੜੇ ਸ਼ੋਕਰ ਜਿਹੜੇ ਹੁੰਦੇ ਨੇ ਉਹਨਾਂ ਦੇ ਖਰਾਬ ਕੰਮ ਕਰਨ ਦਾ ਵਜ੍ਹਾ ਬਣ ਸਕਦੀ ਹੈ ਜਿਹੜਾ ਬਾਲੇਸਤਰੇ ਜਿਹੜੇ ਹੁੰਦੇ ਕਮਾਣੀਆਂ ਉਹਦਾ ਮੋਲੇ ਇਲਿਕਿਓਦਾਲੀ ਇਹ ਮੋਲੇ ਇਲਿਕਿਓਦਾਲੀ ਹੁੰਦੇ ਪੇ ਚੂੜੀਦਾਰ ਜਿਹੜੇ ਚੂੜੀਦਾਰ ਮੋਲੇ ਸਪਰਿੰਗ ਹੁੰਦੇ ਨੇ ਨਾ ਦਾਨੀ ਗਿਆ ਤੇ ਉਹਨਾਂ ਨੁਕਸਾਨ ਹੋ ਸਕਦਾ ਠੀਕ ਹੈ ਦਿੱਲੀ ਅਮੋਰਤੀ ਤੋਰੀ ਸਕਾਰੀਗੀ ਔਰ ਮੋਰਤੀ ਤੋਰੀ ਜਿਹੜੇ ਸ਼ੋਕਰ ਨੇ ਉਹ ਖਰਾਬ ਹੋ ਸਕਦੇ ਨੇ ਕਿ ਅਮੋਰਤੀ ਤੋਰੀ ਸਕਾਰੀਗੀ ਇਨ ਕੇਸ ਜਿਸ ਮੋਰਤੀ ਤੋਰੀ ਸਕਾਰੀਗੀ ਸ਼ੋਕਰ ਖਰਾਬ ਹੋਣ ਤੇ ਪੋਸਨ ਪ੍ਰਵੇਗਾਰ ਉਹਨਾਂ ਨੇ ਮਾਲੇ ਓਰੀਅੰਤਾ ਮਹਿੰਤੇ ਦਲ ਫਾਸੀਓ ਦੇ ਲੂਮੀਨੋ ਲੂਚੀ ਦਿਲ ਪੂਰੀ ਤੋਰੀ ਅਨ ਬਲਿਆਂਤੀ ਇਹ ਵਜ੍ਹਾ ਬਣ ਸਕਦੀ ਹੈ ਲਾਈਟ ਦੀ ਡਾਇਰੈਕਸ਼ਨ ਘੁੰਮ ਜਾਣੀ ਹੈ ਖਰਾਬ ਹੋ ਜਾਣੀ ਠੀਕ ਹੈ ਜਿਹੜੀ ਲਾਈਟ ਹੁੰਦੀ ਹੈ ਨਾ ਫਰੰਟ ਲਾਈਟ ਜੇ ਸ਼ੋਕਰ ਖਰਾਬ ਹੋਣਗੇ ਨਾ ਉਹਨਾਂ ਦੀ ਲਾਈਟ ਦਾ ਰੁੱਖ ਹੀ ਗਲਤ ਹੋ ਸਕਦਾ ਚੇਂਜ ਹੋ ਸਕਦਾ ਠੀਕ ਹੈ ਉਸ ਨੂੰ ਪ੍ਰਵਕਾਰ ਆ ਨੇ ਮਾਲੇ ਉਸ ਚਲਾ ਸ਼ਿਓਨੇ ਦਲਾ ਵਿਕੋਲ ਉਸ ਨੂੰ ਪ੍ਰਵਕਾਰ ਇਹ ਵਜ੍ਹਾ ਬਣ ਸਕਦੀ ਹੈ ਖਰਾਬ ਖਰਾਬੀਆਂ ਵਿਗਾੜ ਆਉਣਾ ਗੱਡੀ ਦੇ ਵਿੱਚ ਉਹ ਕੰਪੋਰ ਤੋਂ ਨਾ ਮਾਈਓਰੇ ਇਰੇ ਮੁਰਜ਼ੀਤਾ ਦਲ ਵਿਕੋਲੀ ਔਰ ਸ਼ਾਮਲ ਇਹਦੇ ਵਿੱਚ ਜ਼ਿਆਦਾ ਸ਼ੋਰ ਸ਼ਰਾਬਾ ਹੋ ਜਾਣਾ ਗੱਡੀ ਦਾ ਠੀਕ ਹੈ ਨੈਕਸਟ ਪਿਕਚਰ ਹੈ ਤੁਹਾਨੂੰ ਨਜ਼ਰ ਆ ਰਿਹਾ ਕਿ ਜਿਹੜਾ ਸਮਾਨ ਹੈ ਨਾ ਇੱਕ ਸਾਈਡ 'ਤੇ ਗਲਤ ਤਰੀਕੇ ਨਾਲ ਲੱਦਿਆ ਹੋਇਆ ਠੀਕ ਹੈ ਜਿਹੜੇ ਸ਼ੋਕਰ ਨਾ ਇਹਦੇ ਇਹ ਬਾਲ ਵਾਲਾ ਲਵੇਲਾ ਤਰੀਚੇ ਹੈ ਜਿਹੜਾ ਬਾਲ ਵਾਲਾ ਲਵੇਲਾ ਤਰੀਚੇ 'ਤੇ ਲੱਗਿਆ ਹੁੰਦਾ ਹੈ ਇਹਦਾ ਕੀ ਮਕਸਦ ਹੁੰਦਾ ਹੈ ਇਹਦਾ ਮਕਸਦ ਹੁੰਦਾ ਤੁਸੀਂ ਸਮਾਨ ਗਲਤ ਵੀ ਲੱਦੋਗੇ ਨਾ ਇਹ ਕੋਸ਼ਿਸ਼ ਕਰੇਗਾ ਫਿਰ ਵੀ ਲੇਵਲ ਬਣਾ ਕੇ ਰੱਖਣ ਦੀ ਠੀਕ ਹੈ ਕਹਿੰਦੇ ਕੌਨਸੈਂਟ ਤੋਂ ਉਹਨਾਂ ਫਾਚੀਲੇ ਕੋਰਾਜ਼ੀਓਨ ਇਹ ਆਸਾਨੀ ਪੈਦਾ ਕਰਦਾ ਹੈ ਦਲਾ ਅਸੈਤ ਵਾਲਾ ਗਰਾਜ਼ੀ ਦਲਾ ਉਹਨਾਂ ਅਪੋਜ਼ ਤੋਂ ਵਾਲ ਵਾਲਾ ਤਰੀ ਇੱਕ ਇੱਕ ਜਿਹੜਾ ਅਪੋਜ਼ ਤੋਂ ਵਾਲ ਵਾਲਾ ਵਾਲਾ ਤਰੀਚੇ ਹੁੰਦਾ ਨਾ ਉਹਦੇ ਸਹੀ ਕੰਮ ਕਰਨ ਦੇ ਵਿੱਚ ਹੈਲਪ ਹੁੰਦੀ ਹੈ ਅਤੇ ਇਹ ਆਸਾਨੀ ਪੈਦਾ ਕਰਦਾ ਹੈ ਵਧੀਆ ਕਰਜ਼ੀਓ ਨੇ ਵਧੀਆ ਕੰਮ ਕਰਨ ਲਈ ਠੀਕ ਹੈ ਅੱਛੇ ਤਰੀਕੇ ਨਾਲ ਕੰਮ ਕਰਨ ਲਈ ਅੱਗੇ ਕਹਿੰਦੇ ਨੇ ਜੇ ਹੁਣ ਇੱਥੇ ਸਮਾਨ ਸਹੀ ਤਰੀਕੇ ਨਾਲ ਲੱਦੇ ਆ ਠੀਕ ਹੈ ਇਸ ਸਸਪੈਂਸ਼ਨ ਪਨੀਮਾਚੀ ਫਿਰ ਗੱਲ ਕਰ ਰਹੇ ਪਨੀਮਾਚ ਪਰਮੇਤੇ ਦੀ ਕੰਦੂ ਚੈਨ ਦੇ ਨੈਕਸਟ ਪਿਕਚਰ ਹੈ ਦੀ ਵਰਿਆਰੇ ਤਬਦੀਲੀ ਆ ਸਕਦੀ ਹੈ ਇਹਦੇ ਵਿੱਚ ਅਲਤੇਜ਼ਾ ਦਾ ਤੇਰਾ ਆ ਕਜ਼ੋਨੇ ਦਲਾ ਵਿਕੋਲੀ ਜੇ ਉਹਦੇ 'ਤੇ ਸਮਾਨ ਜ਼ਿਆਦਾ ਹੋਵੇਗਾ ਗੱਡੀ ਦੇ ਉੱਤੇ ਤਾਂ ਕੀ ਆ ਕਹਿੰਦੇ ਨੇ ਵਰੀਏਸ਼ਨ ਨੇ ਬਦਲਾਓ ਆ ਸਕਦਾ ਤਬਦੀਲੀ ਆ ਸਕਦੀ ਹੈ ਉਤਾਰ ਚੜਾਓ ਆ ਸਕਦਾ ਅਲਤੇਜ਼ਾ ਉਚਾਈ ਦੇ ਵਿੱਚ ਦਾ ਤੇਰਾ ਜ਼ਮੀਨ ਤੋਂ ਜਿਹੜਾ ਉਚਾਈ ਸੀ ਦਲ ਕਜ਼ੋਨਾ ਦਲ ਵਿਕੋਲੀ ਜਿਹੜੀ ਗੱਡੀ ਦਾ ਕਜ਼ੋਨਾ ਹੈ ਨਾ ਉਹਦੇ ਉਚਾਈ ਵਿੱਚ ਤਬਦੀਲੀ ਆ ਸਕਦੀ ਹੈ ਕਿਉਂ ਕਿਉਂਕਿ ਜੇ ਵਜ਼ਨ ਹੋਵੇਗਾ ਗੱਡੀ ਦੇ ਸਪਰਿੰਗ ਦੱਬੇ ਹੋਣਗੇ ਤਾਂ ਜ਼ਹਿਰੀ ਗੱਲ ਹੈ ਗੱਡੀ ਦਾ ਕਜ਼ੋਨ ਹੈ ਜਿਹੜਾ ਨਾ ਕਜ਼ੋਨ ਹੁੰਦਾ ਡਾਲਾ ਗੱਡੀ ਦਾ ਡਾਲਾ ਫਿਰ ਥੋੜ੍ਹਾ ਨੀਵਾਂ ਹੋ ਜਾਏਗਾ ਠੀਕ ਹੈ ਅੱਗੇ ਆ ਕੇ ਕਮਾਣੀ ਦੀ ਗੱਲ ਕਰ ਰਹੇ ਨੇ ਅੱਛਾ ਪਿੱਛੇ ਅਸੀਂ ਗੱਲ ਕਰ ਰਹੇ ਸ਼ੋਕਰਾਂ ਜਿਹੜੇ ਹੁੰਦੇ ਨੇ ਨਾ ਸ਼ੋਕਰ ਅਤੇ ਸ਼ੋਕਰਾਂ ਸਪਰਿੰਗ ਠੀਕ ਹੈ ਹੁਣ ਸ਼ੋਕਰਾਂ ਸਪਰਿੰਗ ਲੱਗਿਆ ਸੈਂਡ 'ਤੇ ਅਤੇ ਇਹ ਜਿਹੜਾ ਲੱਗਿਆ ਨਾ ਇਹ ਪੱਟਾ ਜਿਹਾ ਉੱਤੋਂ ਅੱਗੇ ਤੋਂ ਪਿੱਛੇ ਜਾਂਦਾ ਇਹ ਬਲੈਕ ਕਲਰ ਦਾ ਇਹਨੂੰ ਕਹਿੰਦੇ ਬਲੈਸਤਰਾ ਠੀਕ ਹੈ ਇਹ ਹੁਣ ਜੀ ਕਮਾਣੀ ਦੀ ਗੱਡੀ ਦੀ ਠੀਕ ਹੈ ਉੱਤੇ ਸ਼ੋਕਰ ਲੱਗੇ ਹੈ ਸਪਰਿੰਗ ਜੇ ਲੱਗੇ ਹੈ ਉਹਦੇ ਥੱਲੇ ਟਾਇਰ ਹੁੰਦਾ ਇੱਥੇ ਥੱਲੇ ਠੀਕ ਹੈ ਬਾਲੇਸਤਰਾ ਇਮਰਤੀ ਦਾ ਤੋਰੀ ਜਿਹੜੇ ਹੁੰਦੇ ਨੇ ਇਮਰਤੀ ਦਾ ਤੋਰੀ ਉੱਤੇ ਜਿਹੜਾ ਗੋਲਡਨ ਕਲਰ ਦਾ ਸੈਂਟਰ ਵਿੱਚ ਹੈ ਇਹ ਬਾਲੇਸਤਰਾ ਥੱਲੇ ਲੱਗੇ ਜਿਹਨੂੰ ਕਮਾਣੀ ਕਹਿੰਦੇ ਨੇ ਸਰਵੇ ਪਰ ਰਿਦੂਰ ਰਿਦੂਰ ਘੱਟ ਕਰਨ ਲਈ ਉਹ ਅਲਿਮਿਤਾ ਰੇ ਜਾਂ ਫਿਰ ਲਿਮਿਟਿਡ ਕਰਨ ਲਈ ਸਲਤਾ ਮਹਿੰਤੋ ਦਾ ਲਰੋਤਾ ਜਿਹੜਾ ਸਲਤਾ ਮਹਿੰਤੋ ਹੁੰਦਾ ਨਾ ਟਾਇਰ ਦਾ ਉਹਨੂੰ ਘੱਟ ਕਰਨ ਲਈ ਚਾਹੀਦਾ ਹੁੰਦਾ ਹੈ ਸਲਤਾ ਮਹਿੰਤੋ ਕਿਵੇਂ ਹੁੰਦਾ ਟਾਇਰ ਜਿਵੇਂ ਰੋਡ ਹੈ ਉੱਚੀ ਨੀਵੀਂ ਖੱਡਿਆਂ ਖੁੱਡਿਆਂ ਵਾਲੀ ਠੀਕ ਹੈ ਅਤੇ ਜੇ ਸ਼ੋਕਰ ਕੰਮ ਨਹੀਂ ਕਰਦੇ ਪਿਆ ਵੀ ਅਤੇ ਸਲਤਾ ਮਹਿੰਤੋ ਹੋਵੇਗੀ ਕਿਤੇ ਕਿਤੇ ਗੱਡੀ ਦੇ ਟਾਇਰ ਚੱਕਣ ਜਾਣਗੇ ਜ਼ਮੀਨ ਦੇ ਉੱਤੋਂ ਠੀਕ ਹੈ ਜਾਂ ਫਿਰ ਸਲਤਾ ਮਹਿੰਤੋ ਹੁੰਦੀ ਹੈ ਜੇ ਗੱਡੀ ਦੇ ਟਾਇਰਾਂ 'ਤੇ ਲੱਗਿਆ ਹੋਵੇ ਨਾ ਜਿਵੇਂ ਸਾਈਕਲ ਦਾ ਟਾਇਰ ਤਾਂ ਤੁਹਾਨੂੰ ਮਿਸਾਲ ਦਿੱਤੀ ਸੀ ਇੱਕ ਤਗੜਾ ਜੰਪ ਲੱਗ ਜਾਏ ਸਾਈਕਲ ਦੇ ਟਾਇਰ ਨੂੰ ਤਾਂ ਡਿੰਗਾ ਹੋ ਜਾਂਦਾ ਚਿੱਬ ਪੈ ਜਾਂਦਾ ਉਹਨੂੰ ਵੀ ਸਲਤਾ ਮਹਿੰਤੋ ਕਹਿੰਦੇ ਨੇ ਠੀਕ ਹੈ ਕਰਨ ਔਰ ਕਹਿੰਦੇ ਨੇ ਸਰਵੇ ਦੂਰ ਚਾਹੀਦਾ ਨਾ ਘੱਟ ਕਰਨ ਲਈ ਉਸ ਚਲਾਸ਼ੂ ਨੇ ਦਲਾ ਬਲੇਸਤਰਾ ਜਿਹੜਾ ਬਲੇਸਤਰਾ ਕਮਾਣੀ ਆ ਉਹਦੇ ਉਸ ਚਲਾਸ਼ੂ ਨੇ ਖਰਾਬੀ ਪੈਦਾ ਹੋਣ ਵਿੱਚ ਘੱਟ ਕਰਨ ਲਈ ਚਾਹੀਦਾ ਹੁੰਦਾ ਠੀਕ ਹੈ
ਅੱਗੇ ਕਹਿੰਦੇ ਨੇ ਕੀ ਵੀਜ਼ਾ ਦੀ ਉਹਨਾਂ ਵਿਕੋਲ ਜਿਹੜਾ ਤਵਕੋਲ ਜਿਹੜਾ ਡਰਾਈਵ ਕਰਦੇਗਾ ਤਵਕੋਲ ਉਹਨੂੰ ਪੋਕੋ ਸਿਕਿਓਰਾ ਇਪਿਓ ਫਾਤੀਕੋਜ਼ਾ ਇਹ ਘੱਟ ਸਿਕਿਓਰ ਔਰ ਜ਼ਿਆਦਾ ਤਕਲੀਫ ਦੇ ਹੁੰਦਾ ਆ ਮੈਨੂੰ ਕੰਫੋਰਟ ਅਤੇ ਘੱਟ ਕੰਫੋਰਟ ਹੁੰਦਾ ਪਰ ਕੰਦੂਚਿਆਂ ਅਤੇ ਪਸੇ ਡਰਾਈਵਰ ਪਸੈਂਜਰਾਂ ਲਈ ਠੀਕ ਹੈ ਜਿਹੜਾ ਮੌਤ ਦਾ ਸ਼ਿਕਰ ਤੋਂ ਸ਼ਿਕਾਰ ਕੀ ਹੁੰਦਾ ਨਾ ਠੀਕ ਹੈ ਜਿਸ ਟਾਈਮ ਜੰਪ ਵਗੈਰਾ ਲੱਗਦੇ ਨੇ ਨਾ ਤਾਂ ਜੇ ਸ਼ੋਕਰ ਸਹੀ ਹੋਣਗੇ ਉਹ ਉਹਨੂੰ ਬਰਦਾਸ਼ਤ ਕਰਨਗੇ ਔਰ ਤੁਹਾਨੂੰ ਕੰਫਰਟ ਡਰਾਈਵ ਦੇਣਗੇ ਠੀਕ ਹੈ ਲੇਕਿਨ ਜਦ ਜਿਸ ਟਾਈਮ ਮੌਤ ਦੇ ਤੋਂ ਸ਼ਿਕਾਰ ਕੀ ਹੋਣਗੇ ਠੀਕ ਹੈ ਅਤੇ ਫਿਰ ਉਹ ਉਸ ਝਟਕੇ ਨੂੰ ਬਰਦਾਸ਼ਤ ਨਹੀਂ ਕਰਨ ਲੱਗੇ ਹੈ ਵੀ ਉਹ ਝਟਕਾ ਜਿੰਨਾ ਥੋੜ੍ਹਾ ਜਿੰਨਾ ਥੱਲੇ ਲੱਗਿਆ ਉਨਾ ਹੀ ਤੁਹਾਨੂੰ ਵੀ ਲੱਗੇਗਾ ਠੀਕ ਹੈ ਘੱਟ ਸਿਕਿਓਰ ਕੰਫਰਟ ਘੱਟ ਕੰਫਰਟ ਡਰਾਈਵ ਹੋ ਜਾਏਗੀ ਡਰਾਈਵਰ ਪਸੈਂਜਰਾਂ ਦੀ ਲੈਸ ਸਸਪੈਂਸ਼ਨ ਨੇ ਜਿਹੜੇ ਸ਼ੋਕਰਾਂ ਸਪਰਿੰਗ ਹੁੰਦੇ ਨੇ ਸਸਪੈਂਸ਼ਨ ਜਿਹੜੇ ਹੁੰਦੇ ਨੇ ਸਸਪੈਂਸ਼ਨ ਜਿਹੜੇ ਹੁੰਦੇ ਨੇ ਇਹ ਰੀਵੋਲੀ ਨੂੰ ਘੱਟ ਕਰਦੇ ਨੇ ਯਾਨੀ ਕਿ ਰੀਵੋਲੀ ਦੀ ਮੁਰਾਦ ਕਿ ਜਿਸ ਟਾਈਮ ਇੱਕ ਸਾਈਡ ਤੋਂ ਗੱਡੀ ਦਾ ਟਾਇਰ ਕਿਧਰੇ ਉੱਤੇ ਚੜ੍ਹਦਾ ਇੱਕ ਸਾਈਡ ਤੋਂ ਤਾਂ ਇਹ ਸੱਜੇ ਖੱਬੇ ਡੋਲਦੀ ਨਾ ਰਹੇ ਗੱਡੀ ਜਿੰਨਾ ਪੋਸੀਬਲ ਘੱਟ ਕਰਦਾ ਰੂਲੀ ਨੂੰ ਰੂਲੀਓ ਨੂੰ ਰੂਲੀਓ ਹੁੰਦਾ ਜਿਵੇਂ ਤੁਸੀਂ ਇੱਕ ਸਪਰਿੰਗ ਨੂੰ ਸਾਈਡ ਤੋਂ ਮਾਰਦੇ ਹੋ ਨਾ ਸੱਟ ਤੇ ਉਹ ਏਦਾਂ ਕਮਾਂਦਾਰਾਂ ਦਾ ਸੱਜੇ ਖੱਬੇ ਕਰਕੇ ਸੱਜੇ ਖੱਬੇ ਫਰਫਾਲਾ ਮਿਹਨਤ ਜਿਵੇਂ ਹੁੰਦਾ ਨਾ ਇੱਦਾਂ ਹੀ ਇੱਦਾਂ ਹੀ ਗੱਡੀ ਵੀ ਕਰਦੀ ਰਹਿੰਦੀ ਹੈ ਜੇ ਸਸਪੈਂਸ਼ਨ ਠੀਕ ਨਾ ਉੜਦਾ ਇਹਨੂੰ ਘੱਟ ਕਰਦਾ ਇੱਥੇ ਹੁਣ ਵੀਡੀਓ ਚਾਹੀਦੀ ਸੀ ਇਹਨਾਂ ਚੀਜ਼ਾਂ ਲਈ ਕਹਿੰਦੇ ਸਰਵੇ ਮੇਨਟੇਨਰੇ ਕੋਸਟਾਂਤੇ ਅਸੈਤੋ ਔਰ ਮੇਨਟੇਨ ਕਰਕੇ ਰੱਖਦੇ ਇਹ ਸਹੀ ਮਸਲਸਲ ਇੱਕ ਗੱਡੀ ਨੂੰ ਸਟੈਬਲ ਕਰਕੇ ਰੱਖਦਾ ਠੀਕ ਹੈ ਯਾਨੀ ਕਿ ਗੱਡੀ ਕੰਬਦੀ ਨਹੀਂ ਰਹੇਗੀ ਗੱਡੀ ਸੱਜੇ ਖੱਬੇ ਆਪਣਾ ਰੂਲੀਓ ਨਹੀਂ ਹੁੰਦੀ ਰਹੇਗੀ ਠੀਕ ਹੈ ਅੱਗੇ ਨੈਕਸਟ ਪਿਕਚਰ ਹੈ ਜਿੱਥੇ ਰੂਲੀਓ ਲਿਖਿਆ ਔਰ ਬਾਕੀ ਜੀਓ ਲਿਖਿਆ ਬੇਕਾ ਜੀਓ ਹੁਣ ਬਾਕੀ ਜੀਓ ਹੁੰਦੀ ਹੈ ਜਿਸ ਟਾਈਮ ਤੁਸੀਂ ਗੱਡੀ ਦੀ ਬ੍ਰੇਕ ਮਾਰਦੇ ਹੋ ਨਾ ਗੱਡੀ ਅਗਲੀ ਸਾਈਡ ਤੋਂ ਥੱਲੇ ਝੁੱਕ ਜਾਂਦੀ ਹੈ ਰੇਸ ਦਿੰਦੇ ਹੋ ਗੱਡੀ ਪਿਛਲੀ ਸਾਈਡ ਤੋਂ ਥੱਲੇ ਝੁੱਕ ਜਾਂਦੀ ਹੈ ਅਤੇ ਇਹ ਚੀਜ਼ ਬੇਕੇ ਜੀਓ ਨੂੰ ਵੀ ਕਹਿੰਦੇ ਨੇ ਜੇ ਗੱਡੀ ਅੱਗੇ ਪਿੱਛੇ ਇੱਦਾਂ ਹੁੰਦੀ ਰਹੇ ਜਿਵੇਂ ਹੁਣ ਪਿਛਲੀ ਸਾਈਡ ਤੋਂ ਥੱਲੇ ਹੋਈ ਹੈ ਜਾਂ ਪਿਛਲੀ ਸਾਈਡ ਤੋਂ ਉੱਤੇ ਹੋ ਜਾਏ ਅਗਲੀ ਸਾਈਡ ਥੱਲੇ ਹੋ ਜਾਏ ਇਹਨੂੰ ਬਾਕੀ ਜੀਓ ਕਹਿਣਗੇ ਰੂਲੀਓ ਹੁੰਦਾ ਜਿਸ ਗੱਡੀ ਸੱਜੇ ਖੱਬੇ ਹੁੰਦੀ ਰਹੇ ਦਾ ਠੀਕ ਹੈ ਕਹਿੰਦੇ ਸਰਵੇ ਲਿਮਿਤਾਰੇ ਪਿਊ ਪੋਸੀਬਲ ਹੈ ਕਹਿੰਦੇ ਲਿਮਿਟ ਰੱਖਣਾ ਚਾਹੀਦਾ ਜਿੰਨਾ ਪੋਸੀਬਲ ਹੋਇਆ ਇਲ ਬਕੇਜੀਓ ਬੇਕੇਜੀਓ ਇਹ ਰੂਲੀਓ ਔਰ ਜਿਹੜੀ ਬੇਕੇਜੀਓ ਰੀਲੀਓ ਜਿਹੜੀ ਹੈ ਇਹਨੂੰ ਲਿਮਿਟਡ ਰੱਖਣਾ ਚਾਹੀਦਾ ਜਿੰਨਾ ਪੋਸੀਬਲ ਹੋਇਆ ਠੀਕ ਹੈ ਸਰਵੇ ਮੰਤਨੇਰੇ ਕੋਸਤਾਨ ਤੇ ਅਸੈਤੋ ਔਰ ਕੰਟੀਨਿਊਲੀ ਸਟੈਬਲ ਮੇਨਟੇਨ ਗੱਡੀ ਨੂੰ ਰੱਖਣਾ ਚਾਹੀਦਾ ਠੀਕ ਹੈ ਕਹਿੰਦੇ ਅੱਗੇ ਆ ਜਾਓ ਅੱਗੇ ਹੁਣ ਇਹ ਗੱਡੀ ਜਿਹੜੀ ਹੈ ਨਾ ਇੱਥੇ ਅਮੋਰਤੇ ਤੋਰੀ ਕੋਲੀ ਅਮੋਰਤੇ ਤੋਰੀ ਐਫੀ ਚੈਂਤੀ ਜਿਹੜੇ ਅਮੋਰਤੇ ਤੋਰੀ ਸ਼ੋਕਰ ਕੰਮ ਕਰਦੇ ਨੇ ਠੀਕ ਹੈ ਜਦ ਸ਼ੋਕਰ ਕੰਮ ਕਰਦੇ ਹੋਣਗੇ ਗੱਡੀ ਦੇ ਉਸ ਟਾਈਮ ਕੀ ਹੋਵੇਗਾ ਗੱਡੀ 'ਚ ਇਹ ਸਪੀਡ ਬ੍ਰੇਕਰ ਵੀ ਟੱਪ ਰਹੀ ਹੈ ਨਾ ਤਾਂ ਗੱਡੀ ਦੀ ਲਾਈਟ ਇੱਕ ਥਾਂ 'ਤੇ ਹੀ ਹੋਣੀ ਹੈ ਠੀਕ ਹੈ ਇਹ ਜਿਹੜੇ ਸ਼ੋਕਰ ਹੋਣਗੇ ਨਾ ਸਾਰੀ ਜਿਹੜੀ ਨਾ ਉਚਾਰ ਚੜਾਓ ਇਹ ਬਰਦਾਸ਼ਤ ਕਰਨਗੇ ਠੀਕ ਹੈ ਗੱਡੀ ਦੀ ਲਾਈਟ ਆਪਣੀ ਥਾਂ ਨਹੀਂ ਚੇਂਜ ਕਰ ਲਈ ਉੱਤੇ ਥੱਲੇ ਠੀਕ ਹੈ ਕਹਿੰਦੇ ਨੇ ਇਹ ਮਿਲਿਓਰਾ ਲਾ ਤਨੂਤਾ ਦੀ ਸਰਾਹ ਦਾ ਜ਼ਿਆਦਾ ਵਧੀਆ ਪਕੜ ਬਣਾ ਕੇ ਰੋਡ ਦੇ ਉੱਤੇ ਸਹਿਤ ਤੋਂ ਸਹੀ ਤਰੀਕੇ ਨਾਲ ਲਾ ਫਰੇਨਾ ਤਾਂ ਬ੍ਰੇਕਾਂ ਲਈ ਲਾ ਸਿਕਿਓਰੀਜ਼ਾ ਈ ਲਾ ਕੰਫਰਟ ਦਾ ਉਹ ਸਿਕਿਉਰਟੀ ਔਰ ਕੰਫਰਟ ਲਈ ਇਹ ਵਧੀਆ ਯਾਨੀ ਕਿ ਗੱਡੀ ਦੀ ਪਕੜ ਬਣਾ ਕੇ ਰੱਖਦਾ ਠੀਕ ਹੈ ਅੱਗੇ ਨੈਕਸਟ ਪੇਜ ਹੈ ਤੁਸੀਂ ਦੇਖ ਰਹੇ ਹੋ ਗੱਡੀ ਪਿਛਲਾ ਜਿਹੜਾ ਵੈ ਟਾਇਰ ਉਹ ਸਪੀਡ ਬ੍ਰੇਕਰ ਦੇ ਉੱਤੇ ਵੈ ਗੱਡੀ ਪਿੱਛੋਂ ਚੱਕੀ ਗਈ ਹੈ ਅੱਗੋਂ ਨੀਵੀਂ ਹੋ ਗਈ ਹੈ ਠੀਕ ਹੈ ਯਾਨੀ ਕਿ ਗੱਡੀ ਦੀ ਲਾਈਟਾਂ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਵੀ ਚੇਂਜ ਹੋ ਗਈ ਹੈ ਠੀਕ ਹੈ ਇਹ ਮਸਲਾ ਹੁੰਦਾ ਮੋਰਤੀ ਦੇ ਤੌਰ ਸ਼ਿਕਾਰੀ ਕਿਉਂ ਹੋਣ ਠੀਕ ਹੈ ਸ਼ੋਕਰ ਕੰਮ ਨਾ ਕਰਦੇ ਹੋਣ 'ਤੇ ਕਹਿੰਦੇ ਨੇ ਪਿਜੋਰਾ ਲਾ ਵਿਜ਼ੀਬਿਲਤਾ ਨੋਤੂਰ ਨੇ ਪਰ ਲੋਸਚਲਾਸ਼ੀਓ ਨੇ ਦਲਾ ਫਾਸਕਿਊਲੂਮੀਨੋਜ ਦਲਾ ਪ੍ਰੇਤੋਰੀ ਕਹਿੰਦੇ ਪਿਜੋਰ ਵਿਗਾੜ ਪੈਦਾ ਹੋ ਜਾਂਦਾ ਵਿਜ਼ੀਬਿਲਤਾ ਵਿੱਚ ਰਾਤ ਦੇ ਟਾਈਮ 'ਤੇ ਜਿਸ ਟਾਈਮ ਲੋਸਚਲਾਸ਼ੀਓ ਨੇ ਵਿਗਾੜ ਖਰਾਬੀ ਹੋਵੇ ਫਾਸਕਿਊਲੂਮੀਨੋਜ ਦਲਾ ਕਹਿੰਦੇ ਜਿਸ ਟਾਈਮ ਰਾਤ ਦੇ ਟਾਈਮ 'ਤੇ ਇਹਦੀ ਯਾਨੀ ਕਿ ਵਿਗਾੜ ਪੈਦਾ ਹੋ ਜਾਏਗਾ ਵਿਜ਼ੀਬਿਲਤਾ ਵਿੱਚ
ਜੇ ਇਹਦੇ ਓਸ਼ੀਲੇਸ਼ਨ ਹੋਵੇਗੀ, ਯਾਨੀ ਕਿ ਸ਼ੋਕਰਾਂ ਵਗੈਰਾ, ਯਾਨੀ ਕਿ ਸ਼ਿਕਾਰੀ ਕੀ ਹੋਣਗੇ ਸ਼ੋਕਰ ਦੇ, ਠੀਕ ਹੈ, ਅਮਰਤ ਦੌਰੀ, ਯਾਨੀ ਕਿ ਲਾਈਟ ਦਾ ਰੁੱਖ ਹੀ ਚੇਂਜ ਹੋ ਜਾਂਦਾ ਫਿਰ। ਅੱਗੇ ਆ ਜਾਓ, ਇਨ ਕਾਜ਼ ਦਿਨ ਚੰਦੇ ਦੇ ਸਰਦਾ ਵਾਲੇ, ਇਨ ਕੇਸ ਜੇ ਐਕਸੀਡੈਂਟ ਹੋਵੇ ਰੋਡ ਦੇ ਉੱਤੇ, ਠੀਕ ਹੈ। ਕਹਿੰਦੇ ਨੇ ਸੇ ਵੈਂਗਨੋ ਰਿਕੋਂਤਰਾਰੇ ਗ੍ਰਾਵੀ ਮੰਕਾਂਜ਼ਾ ਲਈ ਓਬਲੀਗੀ ਲੀ ਦੀ ਮਨੋਤੰਸ਼ਨ ਦਲ ਵਿਕੋਲੀ ਜਿਸ ਟਾਈਮ ਇਹ, ਜਿਸ ਟਾਈਮ ਤੁਹਾਨੂੰ ਇਹ, ਜਿਸ ਟਾਈਮ ਤੁਹਾਨੂੰ ਮਿਲੇ ਸਖ਼ਤ ਇੱਕ ਮੰਕਾਂਜ਼ਾ ਦੀ ਓਬਲੀਗੀ ਲਈ ਓਬਲੀਗੀ, ਜਿਸ ਟਾਈਮ ਓਬਲੀਗੀ ਦੀ ਮਨੋਤੰਸ਼ਨ ਹੈ, ਜਿਸ ਟਾਈਮ ਸਖ਼ਤ ਜਿਹੜਾ ਓਬਲੀਗੋ ਸੈਣ ਮੈਂਟੇਨੇਸ਼ਨ ਦੇ ਗੱਡੀ ਦੀ ਦਿਲ ਵਿਕੋਲੀ ਉਹਨਾਂ ਦੀ ਮੰਕਾਂ ਜਾਂ ਯਾਨੀ ਕਿ ਓਬਲੀਗੋ ਦੀ ਉਹਦੇ ਤੱਕ ਅਮਲ ਦਰਾਮਦ ਨਹੀਂ ਕੀਤਾ ਹੈ ਵੀ, ਕਿਹਨੇ ਨਹੀਂ ਕੀਤਾ, ਡਰਾਈਵਰ ਨੇ ਨਹੀਂ ਕੀਤਾ ਹੈ ਵੀ। ਕੋਨੀਵੋਲਤੀ ਵੀ ਆ ਰਿਸਕ ਦੀ ਅਗਰਾਵਾਂਤੀ, ਸਾਡੇ ਕੋਲ ਰਿਸਕ ਹੁੰਦਾ ਹੈ ਕਿ ਉਹ ਡਰਾਈਵਰ 'ਤੇ, ਯਾਨੀ ਕਿ ਉਹਦੀ ਸਾਰੀ ਸਖਤੀ ਅਗਰਾਵਾਂਤੀ ਜਿਹੜਾ ਉਹ ਸਾਰੇ ਡਰਾਈਵਰ 'ਤੇ ਪੈ ਜਾਵੇ, ਠੀਕ ਹੈ, ਨੁਕਸਾਨ ਡਰਾਈਵਰ 'ਤੇ ਪੈ ਜਾਵੇ, ਕਿਉਂਕਿ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਗੱਡੀ ਦੀ ਮੈਂਟੇਨੇਸ਼ਨ ਜਾਂ ਅਨੇ ਚੀਜ਼ਾਂ 'ਚ ਕੋਈ ਪ੍ਰੋਬਲਮ ਹੋਏ ਤਾਂ ਦੱਸੇ। ਇਨ ਉਹਨਾਂ ਇਵੈਂਤੁਆਲੇ ਪ੍ਰਚੇਜ਼ੋ ਪੈਨਾਲੇ, ਜੇ ਕੋਈ ਪੈਨਾਲੇ ਵਗੈਰਾ ਜੁਰਮ ਵਗੈਰਾ ਜੇ ਤੁਹਾਡੇ 'ਤੇ ਪੈਂਦਾ, ਲਾ ਰਿਸਪੋਂਸੀਬਿਲਤਾ ਚਵੀਲੇ, ਜੇ ਚਵੀਲੇ ਪੈਂਦੀ ਹੈ ਅਨ ਕਿਸੇ ਲਾ ਕੰਦੂਚਿਆਂ 'ਤੇ, ਹਾਂ ਰਿਸਪੈਕਟਾ ਤੋਂ ਲੈ ਨੋਰਮਲ ਸਰਕੂਲੇਸ਼ਨ, ਭਾਵੇਂ ਡਰਾਈਵਰ ਨੇ ਰਿਸਪੈਕਟ ਕੀਤੀ ਹੈ ਨੋਰਮਲ ਸਰਕੂਲੇਸ਼ਨ ਹੈ, ਜੇ ਰੋਡ ਦੇ ਕਾਨੂੰਨ ਸੜਨਾ ਉਹਨਾਂ ਦੀ ਰਿਸਪੈਕਟ ਵੀ ਕੀਤੀ ਹੈ ਭਾਵੇਂ ਡਰਾਈਵਰ ਨੇ, ਲੇਕਿਨ ਜੇ ਗੱਡੀ ਦੀ ਕੋਈ ਖਰਾਬੀ ਨਿਕਲ ਵੀ ਆਈ ਹੈ ਨਾ, ਤਾਂ ਉਹ ਕਿਉਂਕਿ ਗੱਡੀ ਦੀ ਖਰਾਬੀ ਜ਼ਿੰਮੇਵਾਰੀ ਹੁੰਦੀ ਹੈ ਡਰਾਈਵਰ ਦੀ, ਉਸ ਕਰਕੇ ਡਰਾਈਵਰ 'ਤੇ ਵੀ ਪੈ ਸਕਦੀ ਹੈ, ਠੀਕ ਹੈ। ਔਰ ਕਹਿੰਦੇ ਨੇ ਇੰਪ੍ਰੈਸਾ ਸ਼ਿਕਰਤਰੀ ਚਪੋ ਅਵੇਲੇਸੀ ਦੀ ਦ੍ਰਿਤੋ ਦੀ ਰਿਵਾਲਸਾ, ਜਿਹੜੀ ਕਹਿੰਦੇ ਨੇ ਮੁਮਕਨ ਹੈ ਇੰਪ੍ਰੈਸਾ ਸ਼ਿਕਰਤਰੀ ਚ ਜਿਹੜੀ ਹੈ ਇਹ ਰਿਵਾਲਸਾ ਵੀ, ਯਾਨੀ ਕਿ ਇੰਤਕਾਮ ਵੀ ਬਦਲਣ ਜਾਂ ਜਿਹੜੀ ਹੈ ਇਹਦੀ ਜਿਹੜੀ ਹੈ ਮੁਆਵਜ਼ਾ ਜਿਹੜਾ ਉਹ ਡਰਾਈਵਰ 'ਤੇ ਪਾ ਦੇਵੇ, ਠੀਕ ਹੈ। ਯਾਨੀ ਕਿ ਇੱਕ ਚਾਂਸ ਹੁੰਦਾ ਜੇ ਡਰਾਈਵਰ ਦੀ ਗਲਤੀ ਹੋਣ 'ਤੇ, ਠੀਕ ਹੈ, ਜਿਹੜੇ ਓਵਲੀ ਹੁੰਦੀਆਂ ਚੀਜ਼ਾਂ ਚੈੱਕ ਕਰਨੀਆਂ ਜਾਂ ਉਹਨਾਂ ਉਹ ਨਹੀਂ ਚੈੱਕ ਕੀਤੀਆਂ ਉਹ ਡਰਾਈਵਰ 'ਤੇ ਪੈ ਸਕਦਾ ਇਸ ਸੂਰਤ ਵੀ, ਠੀਕ ਹੈ। ਨੋਨੀ ਰਾਤ ਰਿਵਿਜ਼ਨ ਹੈ, ਜੇ ਗੱਡੀ ਦੀ ਰਿਵਿਜ਼ਨ ਹੈ ਉਹਦੀ ਨਾ ਤੋਂ ਨਹੀਂ ਸੀ ਆਈ ਤਾਂ, ਠੀਕ ਹੈ। ਫੋਰਸ ਹਾਨ ਫੰਕਸ਼ਨ ਲਈ ਅਮਰ ਤੋਰੀ ਫੋਰਸ ਨੋਨ ਹਾਨ, ਜੇ ਨਹੀਂ ਕੰਮ ਕਰਦੇ ਆ ਸ਼ੋਕਰਾਂ ਸਪਰਿੰਗ 'ਤੇ, ਠੀਕ ਹੈ। ਫੋਰਸ ਸੀ ਇਹ ਰੋਤ ਸਟੇਅਰਸ, ਭਾਵੇਂ ਜੇ ਸਟੇਅਰਿੰਗ ਟੁੱਟ ਗਿਆ ਸੀ ਤਾਂ। ਫੋਰਸ ਫਰੇਨੀ ਸੇ ਸੁਨ ਰੋਤੀ ਇਚਤਰਾ ਚਿਤਾ, ਭਾਵੇਂ ਜੇ ਇਹਦੀ ਹੋ ਸਕਦਾ ਗੱਡੀ ਵਗੈਰਾ ਦੀਆਂ ਬ੍ਰੇਕਾਂ ਵਗੈਰਾ ਖਰਾਬ ਹੋ ਗਈਆਂ, ਟੁੱਟ ਭੱਜ ਹੋ ਗਈ ਹੋਵੇ ਤਾਂ, ਠੀਕ ਹੈ। ਭਾਵੇਂ ਗੱਡੀ ਦੇ ਡਿਫੈਕਟ ਨੇ, ਲੇਕਿਨ ਡਰਾਈਵਰ ਦੀ ਜ਼ਿੰਮੇਵਾਰ ਰਿਸਪੋਂਸਿਬਿਲਟੀ ਹੁੰਦੀ ਹੈ ਇਹ ਚੀਜ਼ਾਂ ਨੂੰ ਚੈੱਕ ਕਰਕੇ ਚੱਲੇ, ਠੀਕ ਹੈ। ਅੱਗੇ ਕਹਿੰਦੇ ਤੀ ਕੰਦੂਚਿਆਂ 'ਤੇ ਪਰ ਗ੍ਰਾਹਵੇ ਕੋਲਪੋ, ਇੱਥੇ ਡਰਾਈਵਰ ਵੀ ਇਸ ਕੋਲ ਗ੍ਰਾਹਵੇ ਜਿਹੜੀ ਕੋਲਪੋ ਡਰਾਈਵਰ 'ਤੇ ਵੀ ਪੈ ਸਕਦੀ ਹੈ, ਠੀਕ ਹੈ। ਜੱਜ ਯਾਨੀ ਕਿ ਫੈਸਲਾ ਕਰੇਗਾ ਕਿ ਇਹ ਭਾਵੇਂ ਗੱਡੀ ਦੇ ਹੀ ਮਸਲੇ ਨੇ ਸਾਰੇ, ਲੇਕਿਨ ਜਿਹੜਾ ਡਰਾਈਵਰ ਹੈ ਉਹਨੂੰ ਇਹਨਾਂ ਚੀਜ਼ਾਂ ਦਾ ਇਲਮ ਹੋਣਾ ਚਾਹੀਦਾ, ਠੀਕ ਹੈ, ਮਾਲੂਮਾਤ ਹੋਣੀ ਚਾਹੀਦੀ ਹੈ। ਅੱਗੇ ਕਹਿੰਦੇ ਨੇ ਕਾਹਤ ਦੀ ਇਨ ਚੀਜ਼ ਰਹਿੰਦੇ ਕਿ ਜੇ ਐਕਸੀਡੈਂਟ ਹੋਵੇ ਸੇ ਵਹਿੰਗਾ ਰਿਕੋਂਤਰਾਤੋ ਗ੍ਰਾਵੀ ਮੰਕਾਂ ਦੀ ਓਬਲੀਗੋ ਦੀ ਮਨੋਤੰਸ਼ਨ ਦਲ ਵਿਗੋਲੀ ਕੋਨੀ ਬੋਲਤੀ, ਜੇ ਮੰਕਾਂ ਦੀ ਓਬਲੀਗੋ ਜਿਹੜੇ ਕਿ ਤੁਹਾਡੇ ਦੇ ਓਬਲੀਗੋ ਲਾਗੂ ਹੁੰਦੇ ਸੀ ਮੈਂਟੇਨੇਸ਼ਨ ਦੇ ਗੱਡੀ ਦੇ ਉਹਨਾਂ ਦੀ ਮੰਗ ਆਵੇ, ਯਾਨੀ ਕਿ ਤੁਸੀਂ ਉਹ ਓਬਲੀਗੋ ਜਿਹੜੇ ਬਣਦੇ ਸੀ ਤੁਹਾਡੇ ਦਾ ਲਾਜ਼ਮੀ ਸੀ ਤੁਹਾਡੇ 'ਤੇ ਜ਼ਿੰਮੇਵਾਰੀ ਸੀ ਉਹਨਾਂ ਚੀਜ਼ਾਂ ਤੁਸੀਂ ਧਿਆਨ ਨਹੀਂ ਕੀਤਾ ਹੈ ਵੀ, ਠੀਕ ਹੈ, ਡਰਾਈਵਰ ਨੇ ਯਾਨੀ ਕਿ ਵੀ ਰਿਸਕ ਉਹਦੀ ਗਰਾਵਾਂ 'ਤੇ ਆਪਾਂ ਰਿਸਪੋਂਸਬਿਲਿਟੀ ਚਵੀਲੇ, ਰਿਸਕ ਹੁੰਦਾ ਕਿ ਗਰਾਵੇ ਹੋ ਜਾਏ ਰਿਸਪੋਂਸਬਿਲਿਟੀ ਚਵੀਲੇ ਜਿਹੜੀ ਹੈ, ਠੀਕ ਹੈ, ਕਿਉਂਕਿ ਗਲਤੀ ਤੁਹਾਡੀ ਬਣ ਜਾਏਗੀ, ਚਵੀਲੇ ਜਿਹੜੀ ਹੈ ਉਹ ਤੁਹਾਡੇ 'ਤੇ ਸਖਤੀ ਤੁਹਾਡੇ 'ਤੇ ਪੈ ਜਾਏਗੀ, ਚਵੀਲੇ ਤੁਹਾਡੇ 'ਤੇ ਪੈ ਜਾਏਗੀ। ਅਨ ਕਿਸੇ ਕੰਦੂ ਚਾਹੁੰਦੇ ਹਾਂ ਰਿਸਪੈਤਾ ਤੋਂ ਨੋਰਮਲ ਸਿਚੁਏਸ਼ਨ, ਭਾਵੇਂ ਡਰਾਈਵਰ ਨੇ ਰੋਡ 'ਤੇ ਕਾਨੂੰਨਾਂ ਦੀ ਰਿਸਪੈਕਟ ਵੀ ਕੀਤੀ ਹੈ ਫਿਰ ਵੀ, ਪੈਸੇ ਰੇ ਰਲਾਸ਼ੀਓ ਦਾ ਦ੍ਰਿਤੋ ਦੀ ਰਿਵੋਲਸ ਆ, ਇਹਦੇ ਵਿੱਚ ਹੋ ਸਕਦਾ ਇਹ ਹੱਕ ਬਣਦਾ ਹੋਵੇ ਇੰਸ਼ੋਰੈਂਸ ਵਾਲਿਆਂ ਦਾ ਕਿ ਕੰਪਨੀ ਵਾਲਿਆਂ ਦਾ ਉਹ ਡਰਾਈਵਰ ਦੇ ਉੱਤੇ ਪਾ ਛੱਡਣ ਸਭ ਕੁਝ, ਠੀਕ ਹੈ, ਜਾਂ ਜ਼ਿਆਦਾ ਗਰਾਵੇ ਪਾ ਛੱਡਣ ਡਰਾਈਵਰ ਦੇ ਉੱਤੇ, ਇਹ ਵੀ ਠੀਕ ਕਹਿੰਦੇ ਨੇ। ਫਿਰ ਅੱਗੇ ਆ ਜਾਓ, ਪ੍ਰੀਮਾ ਦੀ ਭਾਰਤੀ ਰੇ ਪਹਿਲਾਂ ਚੱਲਣ ਤੋਂ, ਕਹਿੰਦੇ ਪ੍ਰੀਮਾ ਦੀ ਪਾਤੀ ਰਹਿ ਕੰਦੂ ਚਾਹੁੰਦੇ ਦੇਵੇ ਕੰਟਰੋਲ ਆ ਰਹੇ ਪਹਿਲੇ ਚੱਲਣ ਤੋਂ ਲਾਜ਼ਮੀ ਡਰਾਈਵਰ ਕੰਟਰੋਲ ਕਰੇ ਲੈਫੀ ਚਾਹੁੰਦੇ ਦਲ ਵਿਕੋਲੀ ਗੱਡੀ ਦੀ ਕਾਰ ਕਰਦਗੀ ਲੈ ਰਿਵਿਜ਼ਨ ਪ੍ਰਤੀਕਾ ਰਿਵੀਜ਼ਨ ਹੈ ਗੱਡੀ ਦੀ ਇਹ ਲਵੈਲੋ ਔਰ ਲੈਵਲ ਜਿਹੜਾ ਓਇਲ ਦਾ
le sippie luminose o lattam wale jehde sippie ne le preparatory indicator di direzione preparatory or indicator direction wale i catadiotri panema or catadiotri vagera indicator direction wale tuhanu pata hai catadiotri jehde reflective light hundi ne panema chi terra nu check kare lasato di targhi cristalli jehde hunde na shishe ton wala jehda hunda hai o liquid vagera ya ode sorry jehda robot hunde ne ਉਹਨਾਂ ਦੀ ਹਾਲਤ ਚੈੱਕ ਕਰੇ ਇਹ ਸਾਰੀਆਂ ਚੀਜ਼ਾਂ ਡਰਾਈਵਰ ਨੇ ਚੈੱਕ ਕਰਨੀਆਂ ਠੀਕ ਹੈ ਡਰਾਈਵਰ ਨੇ ਕੰਟਰੋਲ ਕਰਨਾ ਅਲਰਾ ਅੱਗੇ ਵੇ ਕ੍ਰੋਨੋਟਾਕੀਗ੍ਰਾਫੀ ਕਿ ਕ੍ਰੋਨੋਟਾਕੀਗ੍ਰਾਫੀ ਜਿਹੜੀ ਹੁੰਦੀ ਹੈ ਡਰਾਈਵਰ ਦੀ ਲੇਕਾਰਤ ਉਹ ਜਿਹੜੇ ਕਾਰਡ ਹੁੰਦੇ ਦੋ ਤਸ਼ੀਓ ਨੇ ਸਿਕਿਉਰਿਟੀ ਜਿਹੜੀ ਸਿਕਿਉਰਿਟੀ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਅੱਗ ਬੁਝਾਉਣਾ ਸਿਲੰਡਰ ਜੈਕਟ ਔਰ ਤਿਰੰਗਲ ਵਗੈਰਾ ਇਹ ਡਾਕੂਮੈਂਟ ਔਰ ਡਾਕੂਮੈਂਟ ਜਿਹੜੇ ਗੱਡੀ ਦੇ ਨੇ ਡਿਸਪੋਜ਼ਿਟਿਵ ਆਫ ਸਿਕਿਉਰਿਟੀ ਸਿਕਿਉਰਿਟੀ ਡਿਸਪੋਜ਼ਿਟਿਵ ਜਿਹੜੇ ਨੇ ਉਹ ਵੀ ਨਾਲ ਡਰਾਈਵਰ ਦਾ ਹੱਕ ਬਣਦਾ ਹੈ ਉਹ ਫਸਟ ਏਡ ਵਗੈਰਾ ਜਿਹੜੀ ਹੁੰਦੀ ਹੈ ਉਹ ਇੰਪੀਅਨ ਤੇ ਦੀ ਫਰੇਨੀ ਔਰ ਬ੍ਰੇਕਾਂ ਦਾ ਸਿਸਟਮ ਵਗੈਰਾ ਜਿਹੜਾ ਠੀਕ ਹੈ ਉਹਨੂੰ ਸਭਾਂ ਵਿੱਚ ਇਹਨਾਂ ਚੀਜ਼ਾਂ ਨੂੰ ਚੈੱਕ ਕਰਕੇ ਇਹ ਡਰਾਈਵਰ ਦੀ ਜ਼ਿੰਮੇਵਾਰੀ ਹੈ ਨਹੀਂ ਸਮਝ ਲੱਗੀ ਬ੍ਰੇਕਾਂ ਜਿਹੜਾ ਗੱਡੀ ਦੀ ਕਾਰਗਰਦਗੀ ਡਿਵੀਜ਼ਨ ਜਿਹੜੀ ਹੈ ਲੈਵਲ ਜਿਹੜੇ ਨੇ ਓਇਲ ਇੰਜਣ ਓਇਲ ਰੇਡੀਏਟਰ ਦਾ ਪਾਣੀ ਜਾਂ ਸਟੀਅਰਿੰਗ ਦਾ ਓਇਲ ਜਾਂ ਹੋਰ ਵੀ ਕਿਸੇ ਕਿਸਮ ਦੇ ਜਿਹੜੇ ਓਇਲ ਨੇ ਉਹ ਸਾਰੇ ਚੈੱਕ ਕਰਨੇ ਨੇ ਸੀਪੀ ਐਲੂਮੀਨਸ ਲਾਈਟਾਂ ਵਾਲੇ ਫੰਕਸ਼ਨ ਜਿਹੜੇ ਕੰਮ ਕਰਦੇ ਨੇ ਇੰਡੀਕੇਟਰ ਕਦੇ ਦਿਓ ਤਰੀ ਕੰਮ ਕਰਦੀ ਹੈ ਟਾਇਰ ਕੰਮ ਕਰਦੇ ਨੇ ਸਹੀ ਤਾਰਗੀ ਕ੍ਰਿਸਟਾਲੀ ਜਿਹੜੇ ਉਹ ਕੰਮ ਕਰਦੀ ਹੈ ਵਾਈਪਰ ਜਿਹੜੇ ਨੇ ਵਿੰਡ ਵਾਈਪਰ ਹੁੰਦੇ ਨੇ ਕਰੋਨ ਤਾਂ ਕਿ ਗ੍ਰਾਫਿਕ ਕਾਰਡ ਵਗੈਰਾ ਦੂਜੇ ਦੋਤਾਸ਼ੀਆਂ ਨੂੰ ਸਿਕਿਉਰਿਟੀ ਜਿਹੜੇ ਚੀਜ਼ਾਂ ਦਿੱਤੀਆਂ ਗਈਆਂ ਨੇ ਡਾਕੂਮੈਂਟ ਚੈੱਕ ਕਰਨੇ ਨੇ ਡਿਸਪੋਜ਼ਿਟਿਵ ਸਿਕਿਉਰਿਟੀ ਲਈ ਜਿਹੜੇ ਡਿਸਪੋਜ਼ਿਟਿਵ ਨੇ ਉਹ ਚੈੱਕ ਕਰਦੇ ਨੇ ਇੰਪੀਅਨ ਦੀ ਫਰੇਨੀ ਔਰ ਬ੍ਰੇਕਾਂ ਸਿਸਟਮ ਚੈੱਕ ਕਰਨਾ ਸਾਰੀ ਚੈੱਕ ਕਰਨੀਆਂ ਕਹਿੰਦੇ ਕੰਟਰੋਲ ਪਹਿਲੀ ਚੀਜ਼ ਕੰਟਰੋਲ ਆ ਬੋਨ ਐਫੀਸ਼ੀਐਂਸ ਜਨਰਲ ਦੇ ਵਿਕੋਲ ਜਨਰਲੀ ਜੇ ਗੱਡੀ ਦੀ ਪੋਜੀਸ਼ਨ ਵਧੀਆ ਹੋਵੇ ਇਹ ਕੰਟਰੋਲ ਕਰਨਾ ਠੀਕ ਹੈ ਇਸੇ ਰਿਚਾਰ ਤੋਂ ਇਸ ਗੱਲ ਨੂੰ ਪਤਾ ਲਵਾ ਲਓ ਕਿ ਇਲ ਵਿਕੋਲੀਸ਼ੀਆ ਇਨ ਰੈਗੋਲਾ ਕੌਨ ਲਾ ਰਿਵੀਜ਼ਨ ਪ੍ਰਦੀਕਾ ਕਹਿੰਦੇ ਜੇ ਗੱਡੀ ਆ ਰੈਗੂਲਰ ਜੀ ਉਹ ਰਿਵੀਜ਼ਨ ਪੇਰੀ ਰਿਵਾਈਜ਼ ਕਰਦੀ ਹੈ ਵੀ ਇਹ ਵੀ ਚੈੱਕ ਕਰਨਾ ਠੀਕ ਹੈ ਕਹਿੰਦੇ ਸਿਗਵੀਰਲ ਕੰਟਰੋਲ ਦੀ ਦੇ ਲੈਵਲ ਦੀ ਕਹਿੰਦੇ ਇਸ ਫਾਲੋ ਕਰੋ ਜਿਹੜਾ ਕੰਟਰੋਲ ਹੈ ਲੈਵਲ ਦਾ ਓਇਲ ਦਾ ਲੈਵਲ ਦਾ ਉਹ ਓਲੀ ਇੰਪੀਅਨਤੋ ਫਰੇਨੀ ਹਿਡ੍ਰੋਲਿਕੋ ਔਰ ਇੰਪੀਅਨਤੋ ਫਰੇਨੀ ਹਿਡ੍ਰੋਲਿਕੋ ਜਿਹੜਾ ਉਹ ਪਨੇਮਾਚੀ ਈ ਪਨੇਮਾਚੀ ਪਨੇਮਾ ਹਿਡ੍ਰੋਲਿਕੋ ਜਿਹੜਾ ਜਾਂ ਫਿਰ ਪਨੇਮਾ ਹਿਡ੍ਰੋਲਿਕੋ ਹਿਡ੍ਰੋਲਿਕ ਸਿਸਟਮ ਦਾ ਬ੍ਰੇਕਾਂ ਦਾ ਕੋਈ ਵੀ ਲੀਕਡ ਨਹੀਂ ਜਿਹੜਾ ਉਹਨੂੰ ਕੰਟਰੋਲ ਕਰੋ ਠੀਕ ਹੈ ਲਿਕਵਿਡ ਰਿਫਰਨਾਮੈਂਟ ਦਾ ਰੇਡੀਏਟਰ ਦਾ ਪਾਣੀ ਚੈੱਕ ਕਰੋ ਓਲੀ ਦੀ ਮੋਟੋਰ ਮੋਟਰ ਇੰਜਨ ਓਇਲ ਚੈੱਕ ਕਰੋ ਮੋਬਿਲਾਇਲ ਦੈਨ ਕੰਬੀਓ ਔਰ ਗੇਅਰ ਦਾ ਤੇਲ ਚੈੱਕ ਕਰੋ ਦੈਨ ਡਿਫਰੈਂਸੀਆਲ ਔਰ ਡਿਫਰੈਂਸੀਆਲ ਦਾ ਤੇਲ ਚੈੱਕ ਕਰੋ ਡਿਫਰੈਂਸੀਆਲ ਪਤਾ ਨਾ ਤੁਹਾਨੂੰ ਜਿਹੜੀ ਗੱਡੀ ਨੂੰ ਘੁੰਮਦੇ ਆ ਅੰਦਰਲੀ ਸਾਈਡ ਘੱਟ ਘੁੰਮਦੀ ਹੈ ਬਾਹਰਲੀ ਸਾਈਡ ਜ਼ਿਆਦਾ ਘੁੰਮਦੀ ਹੈ ਉਹਨੂੰ ਜਿਹੜੀ ਕੰਟਰੋਲ ਕਰਦੀ ਚੀਜ਼ ਉਹਨੂੰ ਡਿਫਰੈਂਸੀਆਲ ਕਹਿੰਦੇ ਨੇ ਉਹਦਾ ਵੀ ਓਇਲ ਚੈੱਕ ਕਰੋ ਸਿੱਪੀਏ ਛੁੱਟੇ ਜਿਸ ਟਾਈਮ ਤੁਸੀਂ ਗੱਡੀ ਚਾਬੀ ਵੀ ਚਲਾਓਗੇ ਨਾ ਤਾਂ ਸਾਰੀਆਂ ਸਿੱਪੀਆਂ ਜਿਹੜੀਆਂ ਬਲ ਪੈਂਦੀਆਂ ਨੇ ਜੇ ਕੋਈ ਸਹੀ ਹੋਣ ਤਾਂ ਜੇ ਕੋਈ ਨਹੀਂ ਸਹੀ ਹੋਣਗੀ ਕੋਈ ਨਹੀਂ ਮਿਲਣਗੀ ਉਹ ਨਹੀਂ ਮਿਲਣਗੀ ਠੀਕ ਹੈ ਜਿਹੜੀ ਸਹੀ ਹੋਣਗੀਆਂ ਸਾਰੀਆਂ ਜਗ ਪਾਉਣਗੀਆਂ ਜਦ ਤੁਸੀਂ ਗੱਡੀ ਸਟਾਰਟ ਕਰੋਗੇ ਸਿੱਪੀਆਂ ਜਿਹੜੀਆਂ ਨੇ ਖਤਰਨਾਕ ਉਹ ਸਾਰੀਆਂ ਬੰਦ ਹੋ ਜਾਣਗੀਆਂ ਠੀਕ ਹੈ ਜੇ ਸਹੀ ਸਭ ਕੁਝ ਹੈ ਤਾਂ ਕਹਿੰਦੇ ਕੰਟਰੋਲਾਰ ਹੈ ਕਿ ਤੂਤੀ ਲਈ ਸਿੱਪੀ ਵਾਲੇ ਮਿਨੋਜ਼ੋ ਰਿਗਵਾਦਾਂਤੀ ਇਲ ਫੰਕਸ਼ਨਮੈਂਤ ਦੇ ਵਾਰੀ ਇੰਪਿਆਂਤੀ ਕਹਿੰਦੇ ਜਿਹੜੀ ਸਾਰੀਆਂ ਸਿੱਪੀ ਵਾਲੇ ਮਿਨੋਜ਼ੋ ਹੈ ਨਾ ਉਹ ਸਹੀ ਕੰਮ ਕਰਦੀਆਂ ਨੇ ਸਿਸਿਆਨੋਸ 35 ਔਰ ਜੇ ਬੰਦ ਨੇ ਦੋਪੋਲਾ ਵੀਜ਼ਾ ਐਵੀਆਮੈਂਤੋ ਦਿਲ ਮੋਤੋਰੇ ਔਰ ਜੇ ਬੰਦ ਨੇ ਬਾਅਦ ਵਿੱਚ ਔਨ ਹੋਣ ਤੋਂ ਮੋਟਰ ਦੇ ਠੀਕ ਹੈ ਇੱਕ ਮੋਟਰ ਜਿਸ ਟਾਈਮ ਤੁਸੀਂ ਸਟਾਰਟ ਕਰਨੀ ਹੈ ਗੱਡੀ ਉਸ ਟਾਈਮ ਇਹ ਬੰਦ ਹੋਣੇ ਚਾਹੀਦੇ ਨੇ ਠੀਕ ਹੈ ਸਿੱਪੀਆਂ ਸਾਰੀਆਂ ਕਹਿੰਦੇ ਨੇ ਇਹ ਕੰਟਰੋਲ ਦਲਾ ਪ੍ਰਸੈਸ ਦਲਾ ਇੰਟੇਗ੍ਰਾਤੀ ਇੰਟੇਗ੍ਰੀਤਾ ਦੀ ਤੂਤੀ ਲਈ ਦੋਤਾਸ਼ੀਓਨੇ ਦੀ ਸਿਕਿਉਰਿਜ਼ਾ ਪ੍ਰਵੀਸਤੋ ਪਰਲਾ ਚਿਰਕਰਾਸ਼ੀਓਨੇ ਦਲਾ ਸੂਏ ਵਿਕੋਲੀ ਕਹਿੰਦੇ ਕੰਟਰੋਲ ਕਰੋ ਕਿ ਜਿਹੜੀ ਚੀਜ਼ਾਂ ਇਹਦੇ ਨਾਲ ਜੁੜੀਆਂ ਨੇ ਦਿੱਤੀਆਂ ਗਈਆਂ ਨੇ ਸਿਕਿਉਰਿਟੀ ਲਈ ਗੱਡੀ ਦੇ ਸਿਰਕੂਲੇਸ਼ਨ ਜਿਹੜੀ ਚਾਹੀਦੀ ਉਹ ਨਾਲ ਹੈ ਨੇ ਠੀਕ ਹੈ ਅਸਿਕਿਉਰਾਸੀ ਸ਼ੋਰ ਹੋਲ ਵੋ ਸੀਆ ਸਤਾਤਾ ਫਿਚ ਐਫੀਤੋਆ ਤੋਲਾ ਰਿਵੀਜ਼ਨ ਪ੍ਰਦੀਕਾ ਜਿਹੜੀ ਰਿਵੀਜ਼ਨ ਪੀਰੀਅਡ ਵਾਈਜ਼ ਕੀਤੀ ਗਈ ਹੈ ਗੱਡੀ ਦੀ ਦਿਲਾ ਇਸ ਦਿਨ ਤੋਰੇ ਜਿਹੜਾ ਸਿਲੰਡਰ ਅੱਗ ਬੁਝਾਉਣ ਵਾਲਾ ਹੈ ਵੇ ਆ ਬੋਰਡ ਤੋਂ ਗੱਡੀ ਦੇ ਵਿੱਚ ਨਹੀਂ ਟੈਂਪੀ ਦੀ ਸਟੈਬਿਲਿਟੀ ਦਿਲਾ ਲੈ ਜਿਹੜੇ ਟਾਈਮ ਸਟੈਬਲ ਕੀਤੇ ਗਏ ਨੇ ਕਾਨੂੰਨ ਦੇ ਤਹਿਤ ਉਹਦੇ ਹਿਸਾਬ ਨਾਲ ਯਾਨੀ ਕਿ ਯਾਨੀ ਐਕਸਪਾਇਰ ਡੇਟ ਵੀ ਇੱਦਾਂ ਚੀਜ਼ਾਂ ਨਾ ਹੋਣ ਜਿਹੜੀਆਂ ਹਫਾ ਸਟੇਟ ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੈ ਨਾ ਵੀ ਗੱਡੀ ਵੀ ਕਿ ਨਹੀਂ ਠੀਕ ਹੈ
ਅੱਗੇ ਕਹਿੰਦੇ ਇਸ ਗਿਵੀਰੇ ਕੰਟਰੋਲ ਹੀ ਔਰ ਕੰਟਰੋਲ ਕਰੋ ਕਿ ਕੋਰੈਤਾ ਫੰਕਸ਼ਨ ਹੈ ਮਹਿਤੇ ਦੇ ਪ੍ਰਯੋਗ ਤੋਰੀ ਸਿਕਿਉਰਿਟੀ ਕਫੈਕਟ ਫੰਕਸ਼ਨ ਕਰਦੀਆਂ ਪ੍ਰਾਇਓਰਟੀ ਲਾਈਟਾਂ ਵਗੈਰਾ ਉਹਦੇ ਲਈ ਨਿਗਤ ਦੇ ਦ੍ਰਿਸ਼ ਨੂੰ ਇੰਡੀਕੇਟਰ ਵਗੈਰਾ ਜਿਹੜੇ ਨੇ ਸਹੀ ਕੰਮ ਕਰਦੇ ਨੇ ਵੀ ਠੀਕ ਹੈ ਇਨ ਕੋਂਤਰਾਤੋ ਕੋਂਤਰਾਲੋ ਕੰਟਰੋਲੋ ਦਲਾ ਇੰਟੇਗਰਾਤੀ ਇੰਟੇਗਰੀਤਾ ਦਲਾ ਪੁਲਿਸ ਦੇ ਲਈ ਕਤੇ ਦਿਓਤਰੀ ਔਰ ਕੰਟਰੋਲ ਕਰੋ ਜਿਹੜੇ ਕਿ ਜਿਹੜੀ ਕਤੇ ਦਿਓਤਰੀ ਦੀ ਸਫਾਈ ਵਗੈਰਾ ਜਿਹੜੀ ਹੈ ਉਹ ਮੇਨਟੇਨ ਕਰਕੇ ਰੱਖੀ ਹੋਈ ਹੈ ਤੁਸੀਂ ਠੀਕ ਹੈ ਕਤੇ ਦਿਓਤਰੀ ਸਾਫ਼ ਸੁਥਰੀਆਂ ਤਾਂ ਹੀ ਰਿਫਲੈਕਟ ਕਰਨਗੀਆਂ ਨਾ ਅੱਗੇ ਕਹਿੰਦੇ ਨੇ ਸਿਗਵੀਰ ਕੰਟਰੋਲ ਕੰਟਰੋਲ ਕਰੋ ਦਲਾ ਇੰਟੇਗਰਾਤੀ ਇੰਟੇਗਰੀਤਾ ਦਲਾ ਕੋਰੈਕਟ ਪ੍ਰੈਸ਼ਨ ਹੈ ਕਹਿੰਦੇ ਨੇ ਇਹ ਕੰਟਰੋਲ ਕਰੋ ਕਿ ਸਹੀ ਕੋਰੈਕਟ ਪ੍ਰੈਸ਼ਨ ਹੈ ਉਹਦੇ ਲਈ ਸਪੇਜ਼ੋਰੇ ਮਿਨੀਮਮ ਬਦਬਾਤੀ ਸਰਾਹ ਦਾ ਇਹ ਤੂਤੀ ਲਈ ਪਾਣੀ ਵਾਚੀ ਔਰ ਸਪੇਜ਼ੋਰੇ ਜਿਹੜਾ ਘੱਟੋ ਘੱਟ ਬਾਤ ਸਰਾਹ ਦਾ ਹੈ ਵੈ ਸਭਾ ਟਰਾਂ ਦਾ ਠੀਕ ਹੈ ਦੋ ਚੀਜ਼ਾਂ ਚੈੱਕ ਕਰੋ ਇੱਕ ਚੈੱਕ ਕਰੋ ਕਿ ਪ੍ਰੈਸ਼ਰ ਹਵਾ ਦਾ ਟਾਇਰਾਂ ਦਾ ਫੁੱਲ ਹੈ ਟਾਇਰਾਂ ਦੀ ਕਾਰਕਰਦਗੀ ਚੈੱਕ ਕਰੋ ਕੰਟਰੋਲ ਕਰੋ ਔਰ ਜਿਹੜਾ ਉਹਦਾ ਬਾਤੀ ਤਰ੍ਹਾਂ ਦਾ ਹੈ ਉਹ ਕਿੰਨਾ ਚਾਹੀਦਾ ਹੁੰਦਾ ਗੱਡੀ ਦੇ ਟਾਇਰ ਲਈ ਘੱਟੋ ਘੱਟ 1.6 ਸ਼ਾਬਾਸ਼ ਜਿਹੜਾ ਮੋਟਰਸਾਈਕਲ ਦਾ 1 ਚਾਹੀਦਾ ਹੁੰਦਾ ਉਹ ਵੀ ਕੰਟਰੋਲ ਕਰੋ ਠੀਕ ਹੈ ਬਾਤੀ ਤਰ੍ਹਾਂ ਦਾ ਵੀ ਅੱਗੇ ਕਹਿੰਦੇ ਨੇ ਇਹ ਕੰਟਰੋਲਰ ਕਿ ਸੀ ਅਸਤਾਤ ਇਹ ਫਿਤਵਾਤ ਲਰਬੀਜੋ ਨੇ ਪ੍ਰਦੀਕ ਅਦਲੇ ਕਰਾਉਣ ਤੱਕ ਕੀ ਗ੍ਰਾਫਿਕੋ ਗ੍ਰਾਫ ਹੋ ਜਿਹੜਾ ਕਰਾਉਣ ਤੱਕ ਗ੍ਰਾਫ ਹੋਇਆ ਨਾ ਉਹਨੂੰ ਰਿਵੀਜ਼ਨ ਉਹਦੀ ਕੰਪਲੀਟ ਰਿਵਾਈਜ਼ ਕਰਾਈ ਹੋਈ ਹੈ ਕਿ ਨਹੀਂ ਕਰਾਉਣ ਤੱਕ ਗ੍ਰਾਫਿਕ ਇੱਕ ਕਾਰਡ ਹੁੰਦਾ ਮੁਮਕਿਨ ਹੈ ਜੇ ਅਸੀਂ ਪੜ੍ਹਿਆ ਨਹੀਂ ਹੈ ਪਹਿਲੇ ਅਸੀਂ ਪੜ੍ਹ ਚੁੱਕੇ ਹਾਂ ਉਸ ਟਾਈਮ ਤੁਸੀਂ ਕਲਾਸ ਵਿੱਚ ਹੋਣੀ ਨਹੀਂ ਹੈ ਵੀ ਦੁਬਾਰਾ ਅਸੀਂ ਪੜ੍ਹ ਲਾਂਗੇ ਕਹਿੰਦੇ ਐਫੀਸ਼ੀਐਂਸ ਕਰਾਉਣ ਤੱਕ ਗ੍ਰਾਫਿਕ ਹੋ ਇਹਦਾ ਲਸੂਏ ਕਰਤ ਦੀ ਤਾਂ ਕਿ ਗ੍ਰਾਫਿਕ ਹੋ ਕਰਕਰਦਗੀ ਜਿਹੜੀ ਕਰਾਉਣ ਤੱਕ ਗ੍ਰਾਫਿਕ ਦੀ ਔਰ ਉਹਦੇ ਤੱਕ ਗ੍ਰਾਫਿਕ ਦੀ ਠੀਕ ਹੈ ਉਹ ਕੰਮ ਸਹੀ ਕਰਦਾ ਹੋਵੇ ਸਿਸਟਮ ਸਾਰਾ ਇਹ ਕਹਿੰਦੇ ਪ੍ਰੀਮਾ ਦੀ ਭਰਤੀ ਪਹਿਲੇ ਚੱਲਣ ਤੋਂ ਇਲਕਨ ਦੇ ਚੰਤ ਦੇਵੇ ਕੰਟਰੋਲ ਵਾਲੇ ਡਰਾਈਵਰ ਨੂੰ ਲਾਜ਼ਮੀ ਕੰਟਰੋਲ ਕਰੋ ਕੰਟਰੋਲ ਕਰ ਲਵੇ ਇਹਨਾਂ ਚੀਜ਼ਾਂ ਦਾ ਤਾਂ ਪ੍ਰੈਜੈਂਸ ਦੀ ਬੋਰਡ ਦੀ ਤੂਤੀ ਦਾ ਕੋਮੈਂਟ ਦੀ ਵਿਆਜ ਜੀ ਸਾਰੇ ਡਾਕੂਮੈਂਟ ਜਿਹੜੇ ਸਫ਼ਰ ਕਰਨ ਲਈ ਚਾਹੀਦੇ ਨੇ ਉਹ ਡਰਾਈਵਰ ਦੇ ਕੋਲ ਹੋਣ ਠੀਕ ਹੈ ਜਿਵੇਂ ਇੰਸ਼ੋਰੈਂਸ ਹੋ ਗਈ ਗੱਡੀ ਲਿਬਰਤ ਹੋ ਗਈ ਲਿਚਨ ਦਾ ਟਰਾਂਸਪੋਰਟ ਤੋਂ ਪਰਸੋਨ ਵਗੈਰਾ ਉਹ ਜਿਹੜੇ ਹੋ ਕੇ ਉਹ ਇਹ ਚੀਜ਼ਾਂ ਹੋ ਗਈਆਂ ਠੀਕ ਹੈ ਚੀਕੂ ਚੀ ਹੋ ਗਿਆ ਇਹ ਚੀਜ਼ਾਂ ਫਿਰ ਕਹਿੰਦੇ ਐਫੀਸ਼ੀਐਂਸ ਦਾ ਲਾ ਡਿਸਪੋਜ਼ੀਟਿਵ ਸਿਕਿਉਰਿਟੀ ਔਰ ਕੰਮ ਕਰਦੇ ਆ ਜਿਹੜੀ ਸਿਕਿਉਰਿਟੀ ਡਿਸਪੋਜ਼ੀਟਿਵ ਨੇ ਉਹ ਕੰਮ ਕਰਦੇ ਨੇ ਜਿਵੇਂ ਕਿ ਸਿਕਿਉਰਿਟੀ ਡਿਸਪੋਜ਼ੀਟਿਵ ਨੇ ਆਪਣਾ ਇਸ ਦਿਨ ਤੋਰੇ ਹੋ ਗਿਆ ਦੂਜੀਆਂ ਚੀਜ਼ਾਂ ਹੋ ਗਈਆਂ ਠੀਕ ਹੈ ਫਸਟ ਏਡ ਵਗੈਰਾ ਵਾਲੀ ਚੀਜ਼ਾਂ ਯਾਰ ਨੇ ਜਿਹੜੀ ਸਾਰੀ ਚੀਜ਼ਾਂ ਗੱਡੀ ਚਾਹੀਦੀ ਹੁੰਦੀਆਂ ਉਹ ਚੈੱਕ ਕਰ ਲਵੋ ਕਹਿੰਦੇ ਪ੍ਰੀਮੀਅਮ ਦੀ ਪਰਤੇ ਤਾਂ ਪਹਿਲੇ ਚੱਲਣ ਤੋਂ ਇੱਕ ਕੰਟਰੋਲ ਦੇਵੇ ਕੰਟਰੋਲ ਚਾਹੁੰਦੇ ਦੇਵੇ ਕੰਟਰੋਲ ਡਰਾਈਵਰ ਨੂੰ ਲਾਜ਼ਮੀ ਕੰਟਰੋਲ ਕਰੇ ਇਲ ਰੈਗੂਲਰ ਅਸੈਤੋ ਦੇ ਲਈ ਔਰਗਾਨਿਕ ਦੀ ਸਸਪੈਂਸ਼ਨ ਹੈ ਰੈਗੂਲਰ ਕਰੇ ਅਸੈਸ ਸਸਪੈਂਸ਼ਨ ਹੈ ਸਸਪੈਂਸ਼ਨ ਹੈ ਜਿਹੜੇ ਸ਼ੋਕਰਾ ਸਪਰਿੰਗ ਨੇ ਉਹਨਾਂ ਨੂੰ ਰੈਗੂਲਰ ਕਰੇ ਇਹ ਫੀਚਰ ਦਾ ਦਲਾ ਇੰਪਿਆਂ ਦੀ ਫਿਰਨਾ 'ਤੇ ਔਰ ਕਰਕਰਦਗੀ ਚੈੱਕ ਕਰੇ ਇੰਪਿਆਂ ਦੀ ਫਿਰਨਾ 'ਤੇ ਦੀ ਠੀਕ ਹੈ ਔਰ ਕਰਕਰਦਗੀ ਚੈੱਕ ਕਰੇ ਇੰਪਿਆਂ 'ਤੇ ਦੀ ਫਿਰਨਾ 'ਤੇ ਠੀਕ ਹੈ ਕਹਿੰਦੇ ਕੰਟਰੋਲਰ ਵਾਲਾ ਪ੍ਰੈਸ਼ਨ ਹੈ ਸੱਲੇ ਸਾਈਡ 'ਤੇ ਦੇਖੋ ਪ੍ਰੈਸ਼ਰ ਚੈੱਕ ਕਰੇ ਜਿਹੜਾ ਇੰਜਨ ਬ੍ਰੇਕ ਦਾ ਓਇਲ ਹੈ ਉਹਦਾ ਪ੍ਰੈਸ਼ਰ ਵੀ ਚੈੱਕ ਕਰੋ ਠੀਕ ਹੈ ਅੱਗੇ ਕਹਿੰਦੇ ਨੇ ਪ੍ਰੀਮਾ ਦੀ ਭਰਤੀ ਚੱਲਣ ਤੋਂ ਪਹਿਲੇ ਕੰਦੂ ਚਾਹੁੰਦੇ ਦੀ ਉਹਨਾਂ ਤੋਂ ਕੁਆਰੋ ਇੱਕ ਡਰਾਈਵਰ ਜਿਹੜਾ ਡਰਾਈਵਰ ਹੈ ਇੱਕ ਟਰੱਕ ਦਾ ਦੇਵੇ ਕੰਟਰੋਲਰ ਕੰਟਰੋਲ ਕਰੇ ਐਫੀਸ਼ੀਐਂਸ ਦਾ ਦੇ ਸਿਸਟਮ ਦੀ ਕਰੇ ਕਾਰੀ ਕੋਸ ਕਾਰੀ ਕੋ ਦਲਾ ਮਾਰਚੀ ਜਿਹੜਾ ਸਿਸਟਮ ਹੈ ਗੱਡੀ ਨੂੰ ਕਾਰੀ ਕੋਰਸ ਕਾਰੀ ਕੋ ਕਰਨ ਵਾਲਾ ਉਹਨੂੰ ਕਰਕਰਦਗੀ ਉਹਦੀ ਕਾਰਕਰਦਗੀ ਜਿਹੜੀ ਚੈੱਕ ਕਰੋ ਕੰਟਰੋਲਰ ਦਲਾ ਪਰਫੈਕਟੋ ਅਮਰੋਜੀਓ ਦੀ ਤੂਤੀ ਈ ਭਾਰਤੀ ਦਲਾ ਕਾਰੀਕੋ ਕਹਿੰਦੇ ਕੰਟਰੋਲ ਕੰਟਰੋਲ ਕਰੋ ਕਿ ਸਹੀ ਤਰੀਕੇ ਨਾਲ ਰੱਖਿਆ ਜਾਂ ਬੱਝਿਆ ਹੋਇਆ ਜਿਹੜਾ ਸਾਰੇ ਪਲੀ ਕਾਰੀਕੋ ਜਿਹੜਾ ਉਹ ਚੈੱਕ ਕਰੋ ਠੀਕ ਹੈ ਕੰਟਰੋਲ ਕਰੋ ਦੀ ਨੋਨ ਐਸਰ ਇਨਫਕੰਦਸ਼ਿਓਨ ਦੀ ਸੋਬਰਾ ਕਾਰੀਕੋ ਉਹ ਜਿਹੜਾ ਸਮਾਨ ਹੈ ਓਵਰਲੋਡ ਨਹੀਂ ਹੋਣਾ ਚਾਹੀਦਾ ਸੋਬਰਾ ਕਾਰੀਕੋ ਨਹੀਂ ਹੋਣਾ ਚਾਹੀਦਾ ਵੀ ਠੀਕ ਹੈ ਜਿੰਨੀ ਜ਼ਿਆਦਾ ਗੱਡੀ ਤਾਂ ਉਦਾਂ ਹੀ ਹੋਵੇ ਠੀਕ ਹੈ ਕਹਿੰਦੇ ਪ੍ਰੀਮਾ ਦੀ ਭਰਤੀ ਪਹਿਲਾਂ ਚੱਲਣ ਤੂੰ ਇਹ ਕੰਦੂ ਚਾਹੁੰਦੇ ਦੇਵੇ ਐਸੇ ਗਵੀਰ ਲਾ ਕੰਟਰੋਲ ਉਹ ਕੰਟਰੋਲ ਕਰੇ ਦਲਾ ਫੀ ਚੈਂਸ ਦੀ ਸਿਸਟਮ ਦੀ ਕਾਰੀਕੋ ਇਸ ਕਾਰੀਕੋ ਦਲ ਮਾਰਚੀ ਜਿਹਨੇ ਕਹਿਣ ਜਿਹੜਾ ਕਿ ਸਿਸਟਮ ਹੈ ਨਾ ਕਾਰੀਕੋ ਉਸ ਕਾਰੀਕੋ ਕਰਨ ਦਾ ਸਮਾਨ ਨੂੰ ਉਹਨੂੰ ਕੰਟਰੋਲ ਕਰੋ ਜਿਹੜਾ ਕਿ ਇਹ ਖੱਬੇ ਸੱਜੇ ਹੱਥ ਜਿਹੜਾ ਟਰੱਕ ਹੈ ਨਾ ਉਹਦਾ ਦੇਖੋ ਚੈੱਕ ਉੱਤੇ ਥੱਲੇ ਕਰਕੇ ਦੇਖੋ ਇਹ ਕਾਰੀਕੋ ਕਾਰੀਕੋ ਕਰਨ ਵਾਲਾ ਸਮਾਨ ਜਿਹੜਾ ਗੱਡੀ ਦਾ ਸਿਸਟਮ ਜਿਹੜਾ ਉਹ ਕੰਮ ਕਰਦਾ ਪਿਆ ਇਹ ਦਿਲ ਪਰਫੈਕਟ ਹੋ ਮੈਰਿਜ ਦੀ ਤੂਤੀ ਲਈ ਭਾਰਤੀ ਦਿਲ ਕਾਰੀਕੋ ਔਰ ਸਹੀ ਕਰੈਕਟ ਤਰੀਕੇ ਨਾਲ ਬੱਝਿਆ ਹੋਇਆ ਸਭ ਅਪਸੈਟਾਂ ਤੋਂ ਕਾਰੀਕੋ ਜਿਹੜਾ ਹੋਇਆ ਠੀਕ ਹੈ
ਅੱਗੇ ਕਹਿੰਦੇ ਨੇ ਪ੍ਰੀਮਾ ਦੀ ਭਰਤੀ ਦੇ ਪਹਿਲੇ ਚੱਲਣ ਤੋਂ ਇਲਕਨ ਨੂੰ ਚਿੰਤ ਦੇਵੇ ਇਸ ਤਰ੍ਹਾਂ ਚਿਹਰ ਤੋਂ ਇਸ ਗੱਲ ਦਾ ਪਤਾ ਲਵਾ ਲੈ ਦੀ ਨੋਨ ਇਸ ਤਰ੍ਹਾਂ ਕੰਡੀਸ਼ਨ ਦੀ ਸਬਰਾਕਾਰੀ ਹੋ ਵੀ ਡਰਾਈਵਰ ਜਿਹੜਾ ਓਵਰਲੋਡ ਨਹੀਂ ਹੋਣਾ ਚਾਹੀਦਾ ਵੀ ਠੀਕ ਹੈ ਡਰਾਈਵਰ ਨੂੰ ਲਾਜ਼ਮੀ ਇਸ ਗੱਲ ਦਾ ਪਤਾ ਲਵਾ ਲੈ ਕਿ ਡਰਾਈਵਰ ਓਵਰਲੋਡ ਨਹੀਂ ਹੋਣਾ ਚਾਹੀਦਾ ਵੀ ਠੀਕ ਹੈ ਅਤੇ ਆਪਣਾ ਕਿੰਨੇ ਸਕਦੇ ਕੀਤੇ ਸੀ ਜਸ ਭਾਅ ਜੀ ਕੋਈ ਨਹੀਂ ਕੀਤਾ ਸਰ ਜੀ ਅਗਲੀ ਮੰਗਲ ਨੂੰ ਖਤਮ ਕਰਾਂਗੇ ਅਸੀਂ ਅਗਲਾ ਮਹੀਨਾ ਪੜ੍ਹਨਾ ਹਫ਼ਤੇ ਚ ਇੱਕ ਦਫ਼ਾ ਠੀਕ ਹੈ ਜੇ ਤੁਸੀਂ ਸਹੀ ਪੜ੍ਹਿਆ ਅਸੀਂ ਦਿਹਾੜੇ ਵਧਾ ਲਾਂਗੇ ਜੇ ਤੁਸੀਂ ਸਹੀ ਨਾ ਪੜ੍ਹਿਆ ਤਾਂ ਅਸੀਂ ਭਾਵੇਂ ਪੜ੍ਹਨਾ ਤੋਂ ਵੱਧ ਛੱਡ ਦਿਆਂਗੇ ਠੀਕ ਹੈ ਨਹੀਂ ਨਹੀਂ ਅਗਲੇ ਹਫ਼ਤੇ ਤੋਂ ਅਗਲੇ ਚੈਪਟਰ ਨੂੰ ਪੜ੍ਹਨਾ ਸ਼ੁਰੂ ਕਰਾਂਗੇ ਜੀ ਤੁਸੀਂ ਕੋਈ ਨਹੀਂ ਪੁੱਛਦੇ ਨਾ ਕੁਝ ਇੰਟਰਸਟ ਹੀ ਨਹੀਂ ਆਇਆ ਤੁਹਾਡਾ ਮੈਂ ਵੀ ਨਹੀਂ ਨਹੀਂ ਸਰ ਜੀ ਦੇਖੋ ਤੁਸੀਂ ਮੇਰਾ ਵੀ ਟਾਈਮ ਸਾਰੇ ਜ਼ਾਇਆ ਕਰਦੇ ਠੀਕ ਹੈ ਕਿ ਆਪਣਾ ਜੀ ਮੈਮ ਜੀ ਕਿੰਨੇ ਕਿਤੇ ਭਾਬੀ ਜੀ ਭਾਜੀ ਮੈਂ 7 ਕਿਤੇ ਸੀਗੇ ਭਾਬੀ 7 ਦਿਨ ਸੀ 8 ਦਿਨ ਸੀ 8ਵਾਂ ਦਿਨ ਅੱਜ ਤੇ 8 ਦਿਨਾਂ ਵੀ 7 ਹੀ ਕਰੋ ਤੇ ਦੇਖੋ ਨਾ ਕੋਈ ਕੀ ਕਰਾ ਬੰਦਾ ਫਿਰ ਸੱਤਾਂ ਨੂੰ ਮੈਂ ਕਿੱਥੇ ਲਾਵਾਂ ਕੀ ਕਰਾਂ ਮੈਂ ਸੱਤਾਂ ਦਾ ਹੈਨਾ ਪਹਿਲੇ ਪੜ੍ਹ ਚੁੱਕੇ ਹੋ ਨਾ ਤੁਹਾਡੇ ਆਉਣ ਤੋਂ ਪਹਿਲੇ ਤੇ ਦੁਬਾਰਾ ਪੜ੍ਹ ਲਾਂਗੇ ਠੀਕ ਹੈ ਤੇ ਬਾਕੀ ਇੱਕ ਨਾ ਰਿਪੀਟ ਹੁੰਦੀ ਜਿਹੜੀਆਂ ਚੀਜ਼ਾਂ ਅਜੇ ਅਜੇ ਇਹ ਮੁਸ਼ਕਿਲ ਪੜ੍ਹ ਲੱਗਿਆ ਮੈਂ ਇਸ ਵਿੱਚ ਪੜ੍ਹ ਲੱਗਿਆ ਕਿ ਤੁਹਾਡਾ ਮੈਨੂੰ ਰੂਟੀਨ ਪਤਾ ਲੱਗ ਜਾ ਤੁਹਾਡੇ ਕਿ ਤੁਸੀਂ ਪੜ੍ਹਨਾ ਕਿ ਨਹੀਂ ਪੜ੍ਹਨਾ ਮੁਸ਼ਕਿਲ ਨੇ ਇਹਨਾਂ ਨੂੰ ਟੈਨਸ਼ਨ ਨਾ ਲਓ ਇਹ ਮੈਂ ਰਿਪੀਟ ਕਰਨਾ ਉਹਨੂੰ ਠੀਕ ਹੈ ਮੁਸ਼ਕਿਲ ਇਸ ਕਰਕੇ ਪੜ੍ਹ ਲੱਗੇ ਹਾਂ ਕਿ ਤੁਹਾਡੀ ਰੂਟੀਨ ਬਣ ਜਾਏ ਪੜ੍ਹਨ ਦੀ ਜਦ ਤੁਹਾਡੀ ਰੂਟੀਨ ਬਣ ਗਈ ਪੜ੍ਹਨ ਦੀ ਫਿਰ ਦਿਹਾੜੇ ਵਧਾ ਲਾਂਗੇ ਫਿਰ ਪੜ੍ਹਨਾ ਸ਼ੁਰੂ ਕਰ ਦਿਆਂਗੇ ਠੀਕ ਹੈ ਜੀ ਮਹੀਨਾ ਡੇਢ ਇਸ ਤਰ੍ਹਾਂ ਮੈਂ ਦੇਖਾਂਗੇ ਪੜ੍ਹਾਂਗੇ ਠੀਕ ਹੈ ਫਿਰ ਅੱਗੋਂ ਦੇਖਾਂਗੇ ਤੁਸੀਂ ਪੜ੍ਹਨਾ ਕਿ ਨਹੀਂ ਪੜ੍ਹਨਾ ਆਪਣਾ ਅਰਫਾਨ ਭਾਈ ਕਿੰਨੇ ਕੀਤੇ 8 ਕੀਤੇ ਤੁਸੀਂ ਹੈ ਨਾ ਤੁਸੀਂ ਕੀਤੇ ਵੀ ਨਹੀਂ ਕਿ ਇੱਦਾਂ ਹੀ ਕਹਿੰਦੇ ਹੋ ਵੇ ਨਹੀਂ ਕੀਤੇ ਸਨ ਯਾਰ ਥੋੜੇ ਨਾ ਬੋਲ ਦੇਖੋ ਇੱਕ ਦਿਨ ਦੇ 10 ਕਰਨੇ ਮੈਂ ਕਹਿੰਦਾ ਭਾਬੀ ਭਾਬੀ ਤੁਹਾਨੂੰ ਪਤਾ ਜਸ ਭਾਈ ਤੁਸੀਂ ਪੜ੍ਹੇ ਹੋ ਪਤਾ ਹੈ ਬੀ ਵਾਲਾ ਹੈ ਨਾ ਇੱਕ ਦਿਨ ਦੇ 10 ਕਰਨੇ ਹੁੰਦੇ ਜਿਹੜੇ ਵਿਹਲੇ ਹੁੰਦੇ ਬੰਦੇ ਉਹਨਾਂ ਨੂੰ 20 ਕਰ ਦਿੰਦੇ ਨੇ ਤੇ ਡੇਲੀ ਨੈਕਸ ਕਹਿੰਦਾ ਯਾਰ ਤਾਂ ਇਤਨਾ ਹੁਣ ਦਬਾਅ ਕਰਨਾ ਆਪਣਾ ਕੇਵਲ ਭਾਈ ਤੁਸੀਂ ਕੋਈ ਕੀਤੇ ਤੁਹਾਨੂੰ ਸਿਰਫ ਪੰਜਾਬੀ ਵੀ ਸਮੇਂ ਲੱਗਿਆ ਵੀ ਚੀਜ਼ਾਂ ਕਿਹੜੀਆਂ ਨੇ ਠੀਕ ਹੈ ਇਸ ਕਰਕੇ ਕੰਮ ਸੇ ਕੰਮ ਫਿਰ ਬੰਦੇ ਸਹੀ ਪੜ੍ਹ ਲਵੋ ਫਿਰ ਪਿੱਛੇ ਚੈਪਟਰ ਨੇ ਇਹਦੇ ਨਾਲ ਜ਼ਿਆਦਾ ਸੈਪ ਚੈਪਟਰ ਸੌਖੇ ਨੇ ਬਹੁਤ ਬਹੁਤ ਈਜ਼ੀ ਨੇ ਠੀਕ ਹੈ ਕੋਈ ਚੈਪਟਰ ਇਹਨੇ ਜਿਹੜੇ 10 ਮਿੰਟ ਪੜ੍ਹਾਉਣਾ ਤਾਂ ਉਹ ਚੈਪਟਰ ਥਿਊਰੀ ਖਤਮ ਹੋ ਜਾਣੀ ਹੈ 10 ਮਿੰਟਾਂ ਦੀ ਥਿਊਰੀ ਹੈ ਠੀਕ ਹੈ 10 ਮਿੰਟ ਵਿੱਚ ਤੇ ਫਿਲਹਾਲ ਨਾਲ ਨਾਲ ਸੁਣੀ ਆਓ ਤੁਸੀਂ ਚੀਜ਼ਾਂ ਜਿਹੜੀਆਂ ਚੀਜ਼ਾਂ ਤੁਸੀਂ ਲਿਖੋਗੇ ਕਰੋਗੇ ਨਾਲ ਮੁਮਕਿਨ ਹੈ ਅੱਗੂ ਜਿਸ ਟਾਈਮ ਅਸੀਂ ਨਵੇਂ ਸ਼ੁਰੂ ਤੋਂ ਕੋਰਸ ਸ਼ੁਰੂ ਕਰਾਂਗੇ ਨਾ ਤੇ ਤੁਹਾਨੂੰ ਕੰਮ ਆਉਣਗੇ ਬਹੁਤ ਜ਼ਿਆਦਾ ਠੀਕ ਹੈ ਤੇ ਸਹੀ ਰਕਾਸੀ ਮਿਲਦੇ ਹਾਂ ਫਿਰ ਅਗਲੀ ਕਿਸੇ ਕੁਝ ਪੁੱਛਣਾ ਹੈ ਕਿਸੇ ਬੰਦੇ ਨੇ ਤੋਕੀਰ ਬਾਈ ਹੈ ਨੇ ਕੱਟ ਗਏ ਨੇ ਏਜਾਜ਼ ਸਾਹਿਬ ਹੈ ਨੇ ਆਸ਼ਿਰ ਭਾਈ ਕੱਟ ਗਏ ਨਹੀਂ ਕਿ ਸਾਰੇ ਚਲੋ ਸਹੀ ਹੈਗਾ ਸੀ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਹੈ ਵੀ ਅਤੇ ਅਗਲੇ ਹਫ਼ਤੇ ਇਹਨੇ ਖਤਮ ਹੋ ਜਾਣਾ ਠੀਕ ਹੈ ਫਿਰ ਕੋਈ ਹੋਰ ਚੈਪਟਰ ਦੇਖਣਾ ਸ਼ੁਰੂ ਕਰਾਂਗੇ ਠੀਕ ਹੈ ਓਕੇ ਰੱਬ ਰੱਖਾ ਸਭ ਨੂੰ ਗਲਤੀਆਂ ਭੇਜਿਆ ਕਰਕੇ ਠੀਕ ਹੈ ਮੈਨੂੰ ਨਹੀਂ ਸਮਝ ਆਇਆ ਕਰਨ ਦੀ ਮੈਨੂੰ ਪੁੱਛ ਲਿਆ ਕਰੋ ਠੀਕ ਹੈ ਕੀ ਗੱਲ ਓਕੇ ਓਕੇ ਰੱਬ ਰੱਖਾ ਓਕੇ ਅੱਲਾ